ਅਤੇ ਇੱਕ ਦਿਨ ਮੈਂ ਤੁਹਾਨੂੰ ਦੱਸਾਂ, ਮੈਂ ਰੈਲੀ 'ਚ ਗਿਆ, ਜਿਵੇਂ ਖੜਕੇ ਸਾਡੇ ਖੜਕੇ ਸਾਹਿਬ ਆਏ ਸੀ ਇੱਥੇ, ਜਿਹੜੇ ਪ੍ਰਧਾਨ ਸੀਗੇ ਕਾਂਗਰਸ ਦੇ, ਠੀਕ ਹੈ, ਮੈਂ ਉਦੋਂ ਰੈਲੀ 'ਚ 35 ਬੱਸਾਂ ਲੈ ਕੇ ਗਿਆ ਭਰ ਕੇ, ਅਤੇ ਇੱਕ ਬੱਸ ਮੈਂ ਆਪ ਚਲਾਈ। ਅੱਛਾ। ਮੈਂ ਇੱਕ ਬੱਸ ਆਪ ਚਲਾਈ ਅਤੇ 35-36 ਸਵਾਰੀਆਂ ਸੀਗੀਆਂ, ਅਤੇ ਜਦੋਂ ਮੈਂ ਵੇਟ ਕਰਦਾ ਸੀ ਉਹਨਾਂ ਦੇ ਪਿਛਲੀਆਂ ਬੱਸਾਂ ਦੀ, ਕਿ ਮੇਰੀ ਬੱਸ ਅੱਗੇ ਸੀ ਸਭ ਤੋਂ, ਅਤੇ ਵੇਟ ਕਰਦਾ ਜੀ, ਮੈਂ ਉਹਨਾਂ ਗੱਪਸ਼ਪ ਮਾਰਨੀ ਸ਼ੁਰੂ ਕਰਤੀ। ਮੈਂ ਕਿਹਾ ਯਾਰ ਤੁਸੀਂ ਇਹ ਦੱਸੋ ਵੀ ਤੁਸੀਂ ਜਿਹੜਾ ਤੁਹਾਡਾ ਬਿੱਲ ਹੈ, ਬਿੱਲ ਕਿੰਨਿਆਂ ਦਾ ਜੀਰੋ ਆ ਰਿਹਾ? ਤਾਂ ਉਹਨਾਂ ਨੇ ਸਾਰਿਆਂ ਨੇ ਬੱਸ ਦੇ ਵਿੱਚ ਹੱਥ ਖੜਾ ਕਰਤਾ ਵੀ ਸਾਡਾ ਵੀ ਜੀਰੋ ਹੈ, ਸਾਡਾ ਵੀ ਜੀਰੋ, ਸਾਡਾ ਵੀ ਜੀਰੋ। ਸਾਰੇ ਕਾਂਗਰਸ ਹੀ ਬੈਠੇ ਸੀ, ਤੁਸੀਂ ਪੁੱਛਿਆ ਕਿ ਬਿੱਲ ਜ਼ੀਰੋ ਹੋ ਗਿਆ, ਸਾਰੇ ਕਾਂਗਰਸ ਹੀ ਕਹਿੰਦੇ ਹਾਂ ਸਾਡਾ ਬਿੱਲ ਜ਼ੀਰੋ। ਕਾਂਗਰਸ ਚਲੋ ਪਹਿਲਾਂ ਸੀਗੇ ਉਹ, ਜਦੋਂ ਪਾਰਟੀ ਆਈ ਹੈ ਤਾਂ ਹੁਣ, ਮਤਲਬ ਜਦੋਂ ਉਹਨਾਂ ਨੂੰ ਬੈਨੀਫਿਟ ਮਿਲਿਆ ਤਾਂ ਉਹ ਲੋਕ ਆਮ ਆਦਮੀ ਪਾਰਟੀ 'ਚ ਆ ਗਏ। ਨਹੀਂ, ਉਹਨਾਂ ਦਾ ਕਹਿਣ ਦਾ ਮਤਲਬ ਹੈ ਤੁਸੀਂ ਕਾਂਗਰਸ ਦੀ ਰੈਲੀ 'ਚ ਜਾ ਰਹੇ ਸੀ, ਕਾਂਗਰਸ ਹੀ ਸੀ ਉਹ ਬੰਦੇ, ਮਤਲਬ ਚਾਹੇ ਸਪੋਰਟਰ ਪੱਕੇ ਨਾ ਹੋਣ ਪਰ ਜਾ ਕਾਂਗਰਸ ਦੀ ਰੈਲੀ ਬੋਲ ਕੇ ਦੱਸਦਾ ਨਾ, ਕਿਉਂਕਿ ਜਦੋਂ ਮੈਂ ਬੱਸ ਜਾ ਰਿਹਾ ਸੀ ਤਾਂ ਮੈਂ ਰੋਕ ਲਈ ਬੱਸ, ਕਿਉਂਕਿ ਮੈਂ ਵੇਟ ਕਰਦਾ ਸੀਗਾ। ਅਤੇ ਉਹਨਾਂ ਜਦੋਂ ਪੁੱਛਿਆ ਮੈਂ ਯਾਰ ਤੁਹਾਡਾ ਦੱਸੋ ਇੱਕ ਵੀ ਤੁਹਾਡਾ ਬਿੱਲ ਕਿਹਦਾ ਹੁੰਦਾ, ਉਹ ਕਹਿੰਦਾ ਸਾਡਾ ਸਾਰਿਆਂ ਦਾ ਬਿੱਲ ਜ਼ੀਰੋ ਆਉਂਦਾ। ਅਤੇ ਜਦੋਂ ਬਿੱਲ ਜ਼ੀਰੋ ਆਉਂਦਾ, ਮੈਂ ਯਾਰ ਤੁਸੀਂ ਤੁਹਾਡਾ ਬਿੱਲ ਜ਼ੀਰੋ ਆਉਂਦਾ, ਤੁਸੀਂ ਮੇਰੇ ਨਾਲ ਫਿਰ ਕਾਂਗਰਸ ਰੈਲੀ ਚੱਲੇ ਹੋ? ਉਹ ਕਹਿੰਦਾ ਜੀ ਪੀ ਤੁਹਾਡੇ ਨਾਲ ਪਿਆਰ ਬਹੁਤ ਹੈ, ਪਰ ਸਾਨੂੰ ਹੁਣ ਜਿਹੜਾ ਸਾਡਾ ਜੀਰੋ ਬਿੱਲ ਆਇਆ ਸਾਨੂੰ ਭਗਵੰਤ ਮਾਨ ਜੀ ਚੰਗੇ ਲੱਗਦੇ ਆ, ਵੋਟ ਤਾਂ ਹੀ ਝਾੜੂ ਨੂੰ ਪਾਉਣੀ ਆ, ਤੁਹਾਡੇ ਨਾਲ ਰੈਲੀ ਤਾਂ ਆ ਗਏ। ਮੈਂ ਜਦੋਂ ਉਹਨਾਂ ਨੇ ਇਹ ਗੱਲ ਕੀਤੀ, ਮੇਰਾ ਇੱਕ ਦਿਲ ਉਹ ਕੀਤਾ ਵੀ ਯਾਰ ਗੱਲ ਸੁਣੋ, ਜਿਹੜੇ 2 ਸਾਲ ਤੋਂ ਕੰਮ ਕਰ ਰਹੇ ਬਾਕੀ ਲੋਕ ਖੁਸ਼ ਹੈ, ਗਏ ਮੇਰੇ ਨਾਲ ਗੱਲ ਉਹ ਆਮ ਆਦਮੀ ਪਾਰਟੀ ਦੀ ਕਰਦੇ, ਭਗਵੰਤ ਮਾਨ ਜੀ ਦੀ ਕਰਦੇ ਆ, ਅਤੇ ਇੱਕ ਬੜਾ ਵੱਡਾ ਵਧੀਆ ਮਨੋਰੰਜਨ। ਤੁਹਾਨੂੰ ਇਹ ਲੱਗਦਾ ਵੀ ਇਹ ਸਭ ਤੋਂ ਵੱਡਾ ਫੈਕਟਰ ਹੈ? ਇਹ ਸਭ ਤੋਂ ਵੱਡਾ ਫੈਕਟਰ ਹੈ ਜੀ, ਮਤਲਬ ਬਿੱਲ ਜ਼ੀਰੋ ਅਤੇ ਵੋਟਾਂ ਦੇ ਵਿੱਚ ਹੀਰੋ। ਹਾਂ, ਬਿੱਲ ਜ਼ੀਰੋ ਅਤੇ ਜਿਹਨੂੰ ਪੰਜਾਬ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਹੈਗਾ, ਪਹਿਲਾਂ ਕੋਈ ਮੁੱਖ ਮੰਤਰੀ ਨਹੀਂ ਮਿਲਿਆ, ਚਾਹੇ ਉਹ ਕੈਪਟਨ ਅਮਰਿੰਦਰ ਸੀ ਚਾਹੇ ਬਾਦਲ ਸਾਹਿਬ ਸੀਗੇ, ਇਹ ਪਹਿਲੇ ਮੁੱਖ ਮੰਤਰੀ ਹੈ। ਮੈਂ ਪਰਸੋਂ ਹੀ ਰੋਡ ਸ਼ੋਅ ਕੀਤਾ ਸਾਨੀ ਵਾਲ ਹਲਕੇ 'ਚ, ਅਤੇ 20-25 ਹਜ਼ਾਰ ਲੋਕ ਉੱਥੇ ਆਏ ਹੈ, ਅਤੇ ਕਿਸੇ ਨੂੰ ਲੈ ਕੇ ਨਹੀਂ ਆਏ, ਸਾਰੇ ਦੇ ਕੇ ਵੀ ਯਾਰ ਭਗਵੰਤ ਮਾਨ ਜੀ ਦੇ ਸੀ। ਨਹੀਂ ਪਰ ਜੀ ਪੀ, ਮੈਂ ਇੱਕ ਸਵਾਲ ਇਹਦੇ ਨਾਲ ਜੁੜਿਆ ਪੁੱਛਾਂ, ਫਿਰ ਤੁਸੀਂ ਅਕਾਲੀ ਦਲ 'ਚ ਕਿਉਂ ਨਹੀਂ ਗਏ? ਅਕਾਲੀ ਦਲ ਕਹਿੰਦਾ ਕਿ ਅਸੀਂ ਬੰਬੀਆਂ ਦੇ ਬਿੱਲ ਅਸੀਂ ਮਾਫ਼ ਕੀਤੇ, ਕਿਸਾਨਾਂ ਨੂੰ ਇੱਕ ਬਹੁਤ ਵੱਡੀ ਸੌਗਾਤ ਦਿੱਤੀ, ਫਿਰ ਤੁਸੀਂ ਅਕਾਲੀ ਦਲ ਨੂੰ ਵੀ ਚੁਣ ਸਕਦੇ? ਮੈਂ ਦੱਸਦਾ ਜੀ ਕੀ ਹੈ, ਅਕਾਲੀ ਦਲ ਦੇ ਮੁੱਖ ਮੰਤਰੀ ਚਾਹੇ ਕਿਸਾਨ ਸੀਗੇ, ਇਹ ਵੀ ਆਪਣੇ ਕੈਪਟਨ ਅਮਰਿੰਦਰ ਸਿੰਘ ਵੀ ਜੱਟ ਉਹਦੇ ਨਾਲ ਰੱਖਦੇ ਸੀਗੇ, ਕਿਸਾਨਾਂ ਨਾਲ ਸੰਬੰਧ ਰੱਖਦੇ ਸੀ, ਪਰ ਸਹੀ ਮਾਇਨਿਆਂ 'ਚ 2 ਸਾਲ ਦੇ ਵਿੱਚ ਜਿਹੜੇ ਜੱਟ ਖੇਤਾਂ ਨੂੰ ਪਾਣੀ ਲਾਉਂਦੇ ਸੀ ਅਤੇ ਉਹਨਾਂ ਉਹ ਰਾਤ ਨੂੰ ਕਦੇ ਵਿਚਾਰਾ 12 ਵਜੇ ਜਾ ਰਿਹਾ ਜੱਟ ਜਾਂ 1 ਵਜੇ ਜਾ ਰਿਹਾ, ਉਹ ਬਿਜਲੀ ਉਡੀਕ ਰਿਹਾ ਵੀ ਬਿਜਲੀ ਆਊਗੀ ਕਦੋਂ, ਅਸੀਂ ਬਟਨ ਦਬਾਵਾਂਗੇ ਮੋਟਰ ਦਾ ਅਤੇ ਕਦੋਂ ਪਾਣੀ ਲੱਗ ਜਾਵਾਂਗੇ। ਅੱਜ 24 ਘੰਟੇ ਬਿਜਲੀ ਹੈ ਅਤੇ ਜਦੋਂ ਮਰਜ਼ੀ ਜੱਟ ਚਾਹੇ 6 ਵਜੇ ਉੱਠੇ ਚਾਹੇ 7 ਵਜੇ ਉੱਠੇ ਆਪਣੇ ਖੇਤਾਂ 'ਚ ਜਾ ਕੇ ਪਾਣੀ ਲਾ ਸਕਦਾ, ਇਹ ਬੜਾ ਸੌਖਾ ਹੋਇਆ। ਜਿਹੜੀਆਂ ਮੋਟਰ ਦੇ ਕਨੈਕਸ਼ਨ, ਕਿਉਂਕਿ ਅੱਜ ਗ੍ਰੀਨ ਟ੍ਰਿਬਿਊਨਲ ਰਾਹੀਂ ਅੱਜ ਜਿਹੜੇ ਆਪਣੇ ਬੰਦ ਨੇ ਕਨੈਕਸ਼ਨ, ਜਿਹੜੇ ਆਪਾਂ ਮੋਟਰ ਦੇ ਕਨੈਕਸ਼ਨ ਹੁੰਦੇ, ਪਾਣੀ ਦੇ ਕਨੈਕਸ਼ਨ ਹੁੰਦੇ ਆ, ਅਤੇ ਉਹ 'ਚ ਕੀ ਹੈ, ਜਿਹੜੇ ਕਿਸਾਨਾਂ ਨੂੰ ਅੱਜ ਨਹਿਰੋਂ ਚੱਕ ਕੇ ਸੂਹਿਆਂ ਰਾਹੀਂ ਆਪਾਂ ਪਾਣੀ ਦੇ ਰਹੇ ਹਾਂ, ਅੱਜ ਉਹ ਵੀ ਕਿਸਾਨ ਭਗਵੰਤ ਮਾਨ ਜੀ ਨਾਲ ਹੈ, ਆਮ ਆਦਮੀ ਪਾਰਟੀ ਨਾਲ ਹੈ, ਵੀ ਸਾਨੂੰ ਪਾਣੀ ਤਾਂ ਮਿਲ ਰਿਹਾ, ਕਿਉਂਕਿ ਮੋਟਰ ਦਾ ਕਨੈਕਸ਼ਨ ਤਾਂ ਮਿਲਣਾ ਨਹੀਂ ਗਾ, ਜਦੋਂ ਉਹਨੂੰ ਕਨੈਕਸ਼ਨ ਮਿਲ, ਪਾਣੀ ਮਤਲਬ ਉਹਨੂੰ ਨਹਿਰੋਂ ਚੱਕ ਕੇ ਆਪਾਂ ਦੇ ਰਹੇ ਹਾਂ, ਤੇਰਾ ਜੱਟ ਖੁਸ਼ਹਾਲ ਹੋ ਗਿਆ, ਉਹਨੂੰ ਪਾਣੀ ਮਿਲਣ ਲੱਗ ਗਿਆ, ਉਹਦੀ ਜਿਹੜੀ ਉਹਦੀ ਜ਼ਮੀਨ ਹੈ ਉਹਦੀ ਉਪਜਾਊ ਹੋ ਗਈ ਅਤੇ ਉਹਦੀ ਆਮਦਨ ਵੱਧ ਗਈ। ਅੱਛਾ, ਤੁਸੀਂ ਕਾਂਗਰਸ ਦਾ ਜ਼ਿਕਰ ਕਰ ਰਹੇ ਸੀ, ਮੈਂ ਉਸੇ ਨਾਲ ਹੀ ਮੇਰਾ ਜੁੜਿਆ ਸਵਾਲ ਹੈ, ਤੁਸੀਂ ਇਹ ਗੱਲ ਕਹੀ ਕਿ ਜੇ ਟਿਕਟ ਕਾਂਗਰਸ ਵਾਲੇ ਪਾਸਿਓਂ ਵੀ ਤੁਹਾਨੂੰ ਮਿਲਦੀ ਸੀ, ਮਿਲ ਜਾਂਦੀ ਤਾਂ ਤੁਹਾਨੂੰ ਇਹ ਡਰ ਕਿਉਂ ਸੀ ਕਿ ਤੁਸੀਂ ਇੱਕ ਲਫ਼ਜ਼ ਯੂਜ਼ ਕੀਤਾ ਵੀ ਆਪਦੇ ਹੀ ਜਿਹੜੇ ਹੈ ਉਹ ਤੁਹਾਨੂੰ ਹਰਾਉਣ ਲੱਗ ਪੈਂਦੇ ਹੈ? ਮਤਲਬ ਉਹਨੂੰ ਮੈਂ ਚਾਹੁੰਦਾ ਕਿ ਥੋੜ੍ਹਾ ਜਿਹਾ ਤੁਸੀਂ ਡਿਸਕ੍ਰਾਈਬ ਕਰੋ, ਦੱਸੋ ਵੀ ਇੱਕ ਤਾਂ ਇਲਜ਼ਾਮ ਹੁੰਦਾ ਕਿ ਤੁਸੀਂ ਉਹੀ ਲਾਤਾ ਕਿਸੇ ਨੇ, ਤੁਹਾਨੂੰ ਕਿਉਂ ਲੱਗਦਾ ਕਿ ਕਾਂਗਰਸ 'ਚ ਆਪਦੇ ਹੀ ਹਰਾਉਣ ਲੱਗ ਪੈਂਦੇ? ਐਕਚੁਅਲੀ ਯਾਰ ਮੇਰੇ ਨਾਲ 22 'ਚ ਕੀ ਹੋਇਆ,
ਤੁਸੀਂ ਚੰਗੀ ਤਰ੍ਹਾਂ ਪੂਰਾ ਪੰਜਾਬ ਜਾਣਦਾ, ਜਦੋਂ ਇੱਕ ਮੁੱਖ ਮੰਤਰੀ ਚੀਫ ਮਿਨਿਸਟਰ ਹੁੰਦਾ, ਮੁੱਖ ਮੰਤਰੀ ਚੀਫ ਮਿਨਿਸਟਰ ਸਾਰਾ ਹੈੱਡ ਹੁੰਦਾ ਸਟੇਟ ਦਾ, ਉਹਨੂੰ ਮੇਰੇ ਤੋਂ ਪਤਾ ਨਹੀਂ ਕੀ ਖਤਰਾ ਸੀਗਾ, ਮੈਨੂੰ ਹਰਾਉਣ ਦੀ ਕੋਸ਼ਿਸ਼ ਕੀਤੀ, ਮੈਨੂੰ ਹਰਾਇਆ ਵੀ, ਅਤੇ ਕਹਿਣ ਦਾ ਮਤਲਬ ਹੁਣ ਵੀ ਆਈ, ਜਦੋਂ ਟਿਕਟ ਦੀ ਗੱਲ ਚੱਲਦੀ ਸਰਵੇ ਨੰਬਰ 'ਚ ਮੇਰਾ ਇੱਕ ਨੰਬਰ ਸੀਗਾ ਸਭ ਤੋਂ ਫਤਿਹਗੜ੍ਹ 'ਚ, ਹੁਣ ਵੀ ਉੱਥੇ ਜਾ ਕੇ ਕਹਿਣਾ ਬੀ ਜੇ ਪੀ ਨੂੰ ਟਿਕਟ ਨਹੀਂ ਦੇਣੀ, ਪਰ ਮੈਂ ਬਹੁਤ ਸਕੂਨ ਮਹਿਸੂਸ ਕਰ ਰਿਹਾ, ਮੈਨੂੰ ਆਮ ਆਦਮੀ ਪਾਰਟੀ ਕਹਿ ਰਿਹਾ ਸੀ ਕਿ ਜੇ ਪੀ ਨੂੰ ਟਿਕਟ ਨਹੀਂ ਦੇਣੀ, ਸਾਰੇ ਇਹ ਚੰਨੀ ਵਰਗੇ ਜਿਹੜੇ ਦੂਜੀਆਂ ਟੀਮਾਂ ਨੇ ਜਿਹੜੇ ਉਹ ਕਹਿੰਦੇ, ਜਿਹੜੇ ਮੇਰੇ ਸਾਥੀ ਵੀ ਸੀ ਵੀ ਅੱਗੇ ਨਾ ਵੱਧ ਸਕੇ, ਪਹਿਲਾਂ ਵੀ 19 ਵੀ ਜਦੋਂ ਅਮਰ ਸਿੰਘ ਨੂੰ ਟਿਕਟ ਦਿੱਤੀ, ਮੇਰਾ ਪਹਿਲਾ ਨੰਬਰ ਇੱਕ ਸੀਗਾ, ਇੱਕ ਨੰਬਰ ਓਨਲੀ ਸਿੰਗਲ ਨੋ ਮੇਰਾ ਕੈਪਟਨ ਅਮਰਿੰਦਰ ਸਿੰਘ ਨੇ ਭੇਜਿਆ ਸਿੰਗਲ ਨੋ, ਪਰ ਮੇਰੇ ਕੁਝ ਸਾਥੀਆਂ ਨੇ ਕਹਿ ਕੇ ਮਤਲਬ ਉਦੋਂ ਟਿਕਟ ਕਟਾ ਦਿੱਤੀ ਸੀਗੀ, ਅਤੇ ਚਲੋ ਆਪਾਂ ਡਾਕਟਰ ਅਮਰ ਸਿੰਘ ਦੀ ਮਦਦ ਵੀ ਕੀਤੀ, ਜਿਤਾਏ ਵੀ, ਅਤੇ ਅੱਜ ਉਹੀ ਮੈਂ ਗੱਲ ਕਰਦਾ ਵੀ ਜਿਹੜੀ ਕਾਂਗਰਸ ਪਾਰਟੀ ਸਭ ਤੋਂ ਵੱਡਾ, ਜੋ ਮਰਜ਼ੀ ਕੁਛ ਚਾਹੇ ਰਾਜਾ ਆਪਣੀ ਕਿਸੇ ਦੇ ਖਿਲਾਫ਼ ਬੋਲੀ ਜਾਵੇ, ਚਾਹੇ ਪ੍ਰਤਾਪ ਬਾਜਵਾ ਜੀ ਹੋਣ, ਚਾਹੇ ਚਰਨਜੀਤ ਚੰਨੀ ਹੋਵੇ, ਅਤੇ ਅੱਜ ਮਤਲਬ ਇਹ ਚੀਜ਼ 'ਚ ਬਹੁਤ ਨੈਗਟਿਵਿਟੀ ਹੈ ਇੱਕ ਦੂਜੇ ਦੇ ਖਿਲਾਫ਼, ਆਪਦੇ ਹਰਾਉਂਦੇ ਆ, ਆਪਦੇ ਹਰਾਉਂਦੇ।